ਵੇਖੋ ਮੈਂ ਤੁਹਾਡਾ ਆਪਣਾ ਵਿਰਾਮ ਦੱਸਿਆ ਰਹਿਮਤ ਤੂੰ ਸਾਡੇ ਦੇ ਪੇਪਰ ਦੱਸਿਆ ਅਹਿਮਦ ਵਲੌਗ ਸਵੇਰ ਠੀਕ ਗਈ ਤਿਆਰੀ ਕਰ ਗਈ ਅਸੀਂ ਗੱਡੀ ਸਟਾਰਟ ਕਰ ਗਈ ਅਸੀਂ ਹੁਣ ਨਿਕਲਦੇ ਹਾਂ ਸਿੱਧਾ ਕੁਝ ਹੁੰਦੇ ਹਾਂ ਪਾਣੀ ਮਰਵੇ ਨੇ ਪਾਣੀ ਮਰਵਾ ਅਤੇ ਵਾਲਾ ਜਿਹੜਾ ਹੈ ਨਾ ਚੱਲਦੇ ਹਾਂ ਅੱਡੇ ਦੇ ਉੱਤੇ ਆ ਚੱਕਰ ਹੈ ਕਾ ਨਾ ਅੱਲਾ ਖੈਰ ਕਰੇ ਸੀ ਇਨਸ਼ਾਅੱਲਾ ਚੱਕਰ ਕੋਈ ਨਾ ਕੋਈ ਬਣ ਵੈਸੇ ਲਾਜ਼ਮੀ ਬਾਕੀ ਅੱਲਾ ਵਾਰ ਅਸੀਂ ਦੇਖੋ ਜੋ ਸੀ ਉਹ ਵੀ ਤੋਂ ਕੁੜੀ ਕਹਿ ਸੀ ਨਾ ਹੋ ਸੀ ਉਹ ਵੀ ਤੋਂ ਕੁੜੀ ਕਹਿ ਸੀ ਜ਼ਰੂਰ ਨਿਕਲ ਤਾਂ ਸਿੱਧੇ ਸੀ ਪਿਓ ਮਾਸ਼ਾਅੱਲਾ ਜਿਹੜੇ ਅੰਬ ਬੂਰ ਚ ਖੜੇ ਹੋਵੇ ਨਾ ਕਿਤਨਾ ਮਜ਼ਾ ਕਰੇ ਨੇ ਇਹ ਸਾਡੇ ਬਿਲਕੁਲ ਨਾਲ ਥੀ ਗਏ ਨਾ ਅੰਬੇ ਮਾਸ਼ਾਅੱਲਾ ਮਜ਼ਾ ਆਉਂਦਾ ਇਹਨੇ ਦੇਖਣ ਦਾ ਅਤੇ ਇਹ ਸਾਡੀ ਬੂਹੇੜੇ ਬਹੁ ਅਦਨ 100 ਸਾਲ ਤੋਂ ਪੁਰਾਣੀ ਬੂਹੇੜੇ ਇਹ 100 ਸਾਲ ਤੋਂ ਪੁਰਾਣੀ ਇਹਦਾ ਖਾਲੀ ਮੁੰਡ ਦੇਖੋ ਤੁਸੀਂ ਇਹਦਾ ਮੁੰਡ ਦੇਖੋ ਬਹੁ ਵੱਡਾ ਮੁੰਡ ਹੈ ਜੀ ਪਹੁੰਚ ਗਈ ਸਰਵਿਸ ਪੰਪ ਦੇ ਉੱਤੇ ਅਲਾ ਇੱਥੋਂ ਪਾਣੀ ਨਹੀਂ ਗੱਡੀ ਇਹ ਸਰਵਿਸ ਪੰਪ ਉਹ ਟਰੈਕਟਰ ਟਰਾਲੀ ਲੱਗੀ ਖੜੀ ਹੈ ਧੋਤੀ ਖੜੀ ਹੈ ਬਲਕਿ ਦੋ ਤਾਂ ਫਰੈਸ਼ ਥੇ ਖੜੇ ਮੈਂ ਕੋਈ ਪਾਣੀ ਮਰਵਾ ਤੇ ਵੱਲ ਅੱਡੇ ਤੇ ਸਾਜੇ ਦਾ ਆਇਆ ਇੱਡੇ ਉਹ ਸਾਹਮਣੇ ਖੜੇ ਸੀ ਉਹ ਹੁੰਦੇ ਆਪਾਂ ਕੋਈ ਮਿਲਦੇ ਮਿਲਦੇ ਵਾਲਾ ਨਿਕਲਿਆ ਇਸ ਵੱਲ ਵੀ ਆ ਗਿਆ ਸਰਵਿਸ ਪੰਪ 'ਤੇ ਆ ਗਿਆ ਪਾਣੀ ਮਰਨ ਦੇ ਅਤੇ ਆਪਾਂ ਹੁਣ ਮਿਲ ਗਏ ਸਾਜੇ ਕੋਲ ਸਾਹਮਣੇ ਖੜੇ ਸਾਜੇ ਇੱਥੇ ਕੋਈ ਫੱਟਾ ਚਾਤਾ ਹੋਇਆ ਕਿਵੇਂ ਲੱਗਦਾ ਹੈ ਇਹ ਜਾਲੀਆਂ ਬੜੀਆਂ ਪੈਣ ਸੀ ਦਰਵਾਜ਼ੇ ਬੜਦੇ ਪੈਣ ਖਿੜਕੀਆਂ ਹੋਈ ਦਰਵਾਜ਼ੇ ਹੋਈ ਸਾਹਮਣੇ ਇਹ ਜਾਲੀਆਂ ਕੱਟਣ ਦੇ ਪੈਣ ਇਹ ਜਾਲੀਆਂ ਆਇਆ ਪੈਣ ਇਹਦੇ ਮੁਲਤਾਨ ਆਪਣੀ ਗੱਡੀ ਉਹ ਚਾਹ ਆਉਂਦੀ ਹੈ ਸਾਜੇ ਦਾ ਫੱਟਾ ਤਰੁੱਟ ਗਿਆ ਫੱਟਾ ਵੈਡ ਕਰੇ ਨਾ ਵਧੇ ਆਪਣੀ ਗੱਡੀ ਕੋਲ ਪਾਣੀ ਲੱਗਦਾ ਪਿਓ ਸਾਹਮਣੇ ਸਰਵਿਸ ਥੀ ਵਜੇ ਆਫ ਸਰਵਿਸ ਸਭ ਸ਼ਬਦ ਮਾਰਦੇ ਰੈਡੀ ਸ਼ੈਡੀ ਕਰਦੇ ਇੱਕ ਪਾਸੇ ਤੇਰੀ ਹੁਣ ਕਿਹਦੇ ਤਿਆਰੀ ਹੈ ਸਾਜੇ ਚਲੋ ਜੀ ਹੈ ਬਹੁਤ ਵਾਲਾ ਡੀਜ਼ਲ ਹੈ ਤੇਰੇ ਕਿਨੇ ਆਇਆ ਆਇਆ ਕਿੱਥਾ ਪੇ ਤੇਰੇ ਕਿਨੇ ਪੇ ਚਾਹ ਦੇ ਹੱਥ ਪਾ ਚਲੋ ਮੈਂ ਮਾਰ ਕੇ ਨਾ ਚਲੋ ਡੀਜ਼ਲ ਮਰੇ ਨਾ ਪੇ ਤਲੇ ਸਾਰਾ ਤੋੜ ਤੋੜ ਡੀਜ਼ਲ ਮਾਰ ਕੇ ਨਾ ਵਾਲਾ ਪਾਣੀ ਲੱਗਾ ਕਰ ਮਰਵਾਉਣਾ ਪਾਣੀ ਗੱਡੀ ਹੁਣ ਸਾਫ ਚਲੋ ਵੀ ਪਾਣੀ ਲੱਗ ਗਿਆ ਅਤੇ ਡੀਜ਼ਲ ਮਾਰ ਕੇ ਸੇਖ ਵੱਲੋਂ ਨਿਕਲਦੇ ਹਾਂ ਅਸੀਂ ਲਾ ਲਏ ਤਾਂ ਉੱਥੇ ਗੱਡੀ ਇਹ ਜਾ ਤੂੰ ਹਟਾਉਣੀ ਪੈ ਗਈ ਹੈ ਇਹ ਇੱਥਾ ਲਾਉਣੀ ਪੈ ਗਈ ਹੈ ਸੰਨੀ ਆ ਗਿਆ ਸੰਨੀ ਇਹ ਪਤਾ ਨਹੀਂ ਕਿੱਥੋਂ ਆਇਆ ਇਹ ਹੁਣ ਸਰਵੇ ਸਰਵੇ ਅਸੀਂ ਕਰਵਾਉਣ ਵਾਲਾ ਹਾਏ ਪਾਣੀ ਮਰੇ ਨਾ ਪਿਆ ਆਪਣੀ ਗੱਡੀ ਕੋਲ ਆਪਣੀ ਗੱਡੀ ਹੁਣ ਠੀਕ ਹੈ ਮਾਸ਼ਾਅੱਲਾ ਕਲਿਆ ਡੀਜ਼ਲ ਸੀਜ਼ਲ ਲੱਗ ਗਿਆ ਅਦਰੂ ਵੀ ਸਫਾਈ ਠੀਕ ਗਈ ਬਿਲਕੁਲ ਰੈਡੀ ਬਿਲਕੁਲ ਕਲਿਆ ਬਾਕੀ ਹੁਣ ਨਿਕਲਦੇ ਹਾਂ ਸੱਲਾ ਮਾਰਦੇ ਬਿਲਕੁਲ ਕਲਿਆ ਉਹ ਟਾਇਰ ਫੁੱਲਿਆ ਹੋਇਆ ਯਾਰ ਟਾਇਰ ਲੱਥ ਹੈ ਸਿਰਫ ਚਾਵਣ ਹੈ ਬਸ ਵੀ ਆ ਕੋਈ ਹਲਕਾ ਨਹੀਂ ਚਾਵਣ ਵਾਲੀ ਗੱਲ ਹੈ ਸੰਨੀ ਆਪਣੀ ਗੱਡੀ ਕੋਲ ਆਪ ਚੁੱਪਿਆ ਖੜਾ ਉਹਦੇ ਕੋਲ ਟਾਈਮ ਹੈ ਕਾ ਨਾ ਸੰਨੀ ਆਪਣੀ ਗੱਡੀ ਕੋਲ ਲੱਗਾ ਖੜਾ ਹੀ ਵੀ ਪਾਣੀ ਮਰਵਾਉਣੇ ਬਸ ਪਾਣੀ ਮਰਵਾ ਤੇ ਅੱਡ ਦੇ ਭਲਾ ਅਸਾਂ ਇਕੱਠੇ ਉੱਥੇ ਗੱਲ ਕਰ ਚੁੱਕ ਲੈ ਸੋਲ ਵੀ ਆ ਗਿਆ ਚਲੋ ਜੀ ਇਹ ਰੈਡੀ ਠੀਕ ਹੈ ਅਤੇ ਲੱਗ ਗਿਆ ਸੱਲਾ ਬਾਕੀ ਹੁਣ ਨਿਕਲਦੇ ਹਾਂ ਸਿੱਧਾ ਦੇ ਉੱਤੇ ਆਪੇ ਤਰ੍ਹਾਂ ਦੇ ਆਪੇ ਦਵਾਈ ਉਹਨਾਂ ਦੇ ਯੂਟਿਊਬ ਚੈਨਲ ਹੈ ਅਤੇ ਵਾਕਈ ਮਿਲਿਆ ਉਸ ਉਹਨੇ ਕੋ ਮਿਲ ਗਏ ਸੂੰ ਮੇਰੇ ਕੋਲ ਜਿਹੜਾ ਹੈ ਨਾ ਫਸਟ ਪਹਿਲਾ ਯੂਟਿਊਬ ਚੈਨਲ ਬੜਾ ਅਤੇ ਦੇਵਣ ਵਾਲਾ ਆਪੇ ਦਵਾਈ ਹੈ ਇਨਸ਼ਾਅੱਲਾ ਕਈ ਮਿਲਿਆ ਮਿਲ ਸੂੰ ਸਹੀ ਤਾਂ ਕੋਈ ਮਿਲੇ ਸੂੰ ਇਨਸ਼ਾਅੱਲਾ ਬਾਕੀ ਹੁਣ ਸਿੱਧਾ ਅੱਡੇ ਪੁੱਤ ਅੱਡੇ ਦੇ ਉੱਤੇ ਉਹ ਸੀਤਪੁਰ ਚੌਕ ਉਹ ਮਾਸਟਰ ਖੜੀ ਹੈ ਜ਼ੈਦ ਖਾਨ ਲਈ ਫੱਟੇ ਰਕਸ਼ੇ ਵਾਲੇ ਦਾ ਵਜ਼ਨ ਚੈੱਕ ਕਰੋ ਹੈ 4, 6, 7, 12, 14 ਸਿਲੰਡਰ ਚਾਹੀਦੇ ਨੇ ਵੱਡੇ ਫੁੱਲ ਸਾਈਜ਼ ਹਿੰਮਤ ਕੀਤੀ ਵੈਨ ਇਹ ਆਪਣਾ ਸੀਤਪੁਰ ਚੌਕ ਇਹ ਸੀਤਪੁਰ ਰੋਡ ਅਤੇ ਇਹ ਆਪਣਾ ਅੱਡਾ ਗੱਡੀਆਂ ਦਾ ਢੇਰ ਲਗਾ ਖੜੇ ਢੇਰ ਇਹ ਕਿਉਂ ਅੱਧੇ ਖੜਾ ਅਤੇ ਭੱਜ ਗਿਆ ਗੱਡੀ ਕੋਲ ਆਇਆ ਸਰਵਿਸ ਕਰਾ ਅਤੇ ਸਾਰੀ ਮਿੱਟੀ ਹੈ
चलो इतना हम खड़ा रहने हैं इंजा मिट्टी उड़ती देखो पता नहीं तो नजर दी भेजा कह ना मिट्टी है मिट्टी हाले दे कम देखो हाले धुआंधार करते थे बाकी शाम उठती है शाम का टाइम थी गया हम निकलते पे हैं घर ते आपा मन ने बड़े बिरा का समान चावने वो चाह तो सदने शाह सुल्तान ते बाकी हम निकलते हैं इतों घर चलो इवें आप बुरे वाली सनी अपने टायर का नहीं जब आप बुरे वाले बनो आप टायर का नहीं तो आप हम घर का समान चाह कि अपना बिरा का वो सटे नहीं है तो वाल उन्हें बात जिमें उसी हिसाब किताब पहुँच गए हूँ ये अपने चावल ये अपना सालन चलो जी ये समान है समान है अपने बड़े भीरा का घर ये वाला तो बाकी समान हूँ चाहते कहने से पे क्योंकि वो समान है यो थोड़ा जहा भला अं कु भिजने पैसे रक्षे के उत्ते रक्षे के उत्ते भिजने पैसे तो आप जुलते पैसे केले की लोडिंग के उत्ते चलो हूँ चलते हैं सीधा केले के उत्ते वाल ब्याह के अल्लाह वारे से ये वाल रक्षे के भेजे चलो जी पहुँच गए हूँ खूह के उत्ते जितना अस बोर्ड से तंतु अपने दोस्त का खूह है वसीम का तो हम इतना निकलते पे हैं चंद्रबान नाले के उत्ते केला लोड कर चढ़ गए मेन रोड के उत्ते सीधा निकलते हैं मड़ी के उत्ते वाल ब्याह चलो जी चंद्रबान नाले के उत्ते चढ़ गए बड़ा स्पीड रखी प्यूँ परले धार धार की खड़न धार धार की खड़न क्या बरसी लेट ये से चलो वो तो लेट थी कहीं हाल नहीं मैं मजीदा रात को हैं बाकी अल्लाह करम करे सी ये मजन का चक्कर आवन का चक्कर पर ना केले का हो सब्जी का ये पी आई मैं आपको जल्द इतों मंजी सी वाला परू वापसी सब्जी पाती वैसी धनोड़ के बच्चों वाला काम ठीक थी वैसे चलो अल्लाह वारा चलो जी कंडे ते पहुँच गए हैं हाँ चलो कंडे ते चढ़ गए बाकी बसा नहीं था खाली का करा गिनू वाला ओ इतों फिर हवा चेक करा गिनू छुआ टैंकी करवा ना फिर फुल बाकी उन्हें बाद दे दें एक कंडा बंद थी गए ओके चल गए चलो बंद कर दे वाला पिछु कर दे ना पिया हमें कंडा चैना ना पिया चल गया 1944 चलो ओके हो गया ये सीधा सीधा हम रिवर्स करें दे पैसे ओ सामने टैंकी रखी खड़े हवा चेक करवाने हैं तो हवा चेक करा दे वाला निकल रहे हैं चलो ये आ गया ये छुअर करना पे हवा चेक ये सामने ला पे टैंकी ये हवा चलो ये फाइनल थी गई बाकी हवा चेक करा तो उपर रस्ता है अपना निकल दे नेट खेदे खड़े ने जेड़े शोदे घर तो नेट खेद या छुट्टी करते हैं तो नेट खेद चलो अपना जेड़ा कुछ भी है अपना टाइम पास तक खेती करें नेट खेद सेहत भी अपनी तंदुरुस्त रखी खड़े हो सन तो कारोबार करते आ भी सन टाइम तो उन्हें छुट्टी तो है ना सादा कोई छुट्टी का नहीं तो कोई टाइम टेबल का नहीं जोर छुट्टी कर गिंदो तो कर गिंदो वरना छुट्टी का नहीं लोडिंग देखो कितना करना है वो यो हिको मकान में कोई नजरे मकान है या भावे देरा है सवेर का ना मकान मिले ना देरा में ये सारी मिठड़ी है मिठड़ी मेरे ख्याल है कोई देरा है लोडिंग अपनी थी गई शुरू ए केला पे ये जो धुआं उठता खड़े ही धुए को ये सामने ही अंगल की सेहत है केला पे कुछ जितू पे भला कंडा करवे सू भला बननी बंद है उत्ते अजाब ही चलो अल्लाह वारे से वाल ब्याह क्या पत्रे लैने होने साइड के उत्तू इस इतू वही इडू वही अद्धे तले वही पत्रा इस सामू लेंदे भी एक केला जोड़ा है ना ये वाला दंग ही ठीक है केले से दंग लग पे दंग किमें थी मैंने तो मैं दिखावा
ਜਿਹੜੇ ਰਗੜੀ ਜਿਵੇਂ ਨੇ ਕੋਈ ਦਾਂਗ ਲੱਗ ਜਾਂਦੇ ਤਾਂ ਉਹ ਦਿਖਾਵਾਂ। ਹਾਂ ਇਹ ਈ ਦਾਂਗ ਹੀ ਥੀ ਜਾਂਦੇ ਇਹ ਨਾ ਇਹ ਦਾਂਗ ਹੀ ਥੀ ਆਪਣੇ ਈ ਦਾਂਗ ਹੀ ਥੀ ਜਾਂਦੇ ਅੰਦਰੂ ਕਿਲਾ ਸਾਫ ਹੁੰਦੇ ਪਰ ਬਾਹਰੋਂ ਇਹ ਦਾਂਗੇ ਥੀ ਵੀ ਬਾਅਦ ਵਾਲਾ ਜਿਹੜਾ ਗਾਹਕ ਹੋ ਉਹ ਨਹੀਂ ਗਿੰਦਾ ਹੋਆ ਅਤੇ ਕਿਲਾ ਖਰਾ ਅੰਦਰੋਂ ਖਰਾਬ ਹੋ ਸੀ ਹਿਸਾਬ ਨਾਲ। ਚਲੋ ਇਹਦੂ ਲੋਡਿੰਗ ਥੀ ਗਈ ਇਹਦੂ ਜਵਾਨ ਇੱਥੋਂ ਲੋਡਿੰਗ ਆਪਣੇ ਕਰ ਗਈ ਨੇ ਬਾਕੀ ਹੁਣ ਮੜੀ ਚੌਕ ਤੋਂ ਬੰਧ ਵਾਲੀ ਰੋਡ 'ਤੇ ਕਰਨੇ ਆ ਬੰਧ ਕੋਲ ਕ੍ਰਾਸ ਕਰਦੇ ਜਾਂ ਪਹਿਲੇ ਕੱਚੋ ਕਾਹ ਕੁਦ ਬਣਨਾ ਮੋਸਮ ਥੋੜ੍ਹਾ ਪਤਾ ਤਕਰੀਬਨ ਚਲੋ ਵਾਲਾ ਠੀਕ ਚਲੋ ਸਹੀ ਬੰਧ ਕੋਲ ਥੋੜ੍ਹਾ ਜਿਹਾ ਅੱਲਾ ਖੈਰ ਕਰੇ ਸੀ ਬਾਕੀ ਵੱਲ ਨਿਕਲਦੇ ਆ ਉੱਥੇ ਹੀ ਮਿਲ ਦੂ ਤਾਕੂ। ਦੇਖੋ ਅਸੀਂ ਰਸਤੇ ਦੇ ਸੂਰਤ ਹਾਲ ਇਹ ਗੱਡੀ ਕੋਲ ਕਰੇ ਨਾ ਦੇਖੋ ਦੀ ਚੋ ਬੜੀ ਗੰਦੀ ਸਿਚੁਏਸ਼ਨ ਬੜੇ ਗੰਦੇ ਰਸਤੇ ਜਦੋਂ ਵੀ ਆਵਾਂ ਨਾ ਅਕਸਰ ਵੀਡੀਓ ਸਾਡੇ ਤੇ ਉਸੇ ਵੀ ਆਦਾ ਉਸੇ ਵੀ ਬਸ ਹੁਣ ਕੇਲਾ ਲੋਡ ਕਰਨਾ ਕਹਿ ਨਹੀਂ ਕਲਾ ਮੈਂ ਆ ਖੜਦਾ ਕਿਆ ਕਰੂੰ ਬਸ ਇਹਦੇ ਸਿਵਾ ਕੋਈ ਹਿਸਾਬ ਕਹਿੰਦੀ ਕੋਈ ਨਿਜ਼ਾਮ ਕਹਿੰਦੀ ਕੰਮ ਤਾਂ ਠੇਰ ਹਨ ਪਰ ਚਲੋ ਕੋਈ ਨਹੀਂ ਅੱਲਾ ਵਾਰ ਸੇਵਾ ਪਿਆ ਗਿਆ। ਉਹ ਮੋਟਰਸਾਈਕਲ ਸਾਹਮਣੇ ਵੇਖਦਾ ਪਤਾ ਨਹੀਂ ਤੁਹਾਨੂੰ ਨਜ਼ਰ ਤਾਂ ਪਿਆ ਲਾਈਟ 'ਤੇ ਜਾਂ ਕਹਿਣਾ ਇਹ ਸਾਹਮਣੇ ਵੇਖਦਾ ਪਿਆ ਉਹਦੇ ਸਾਹਮਣੇ ਆਪਣੀ ਗੱਡੀ ਖੜੀ ਹੈ ਇਹ ਇੱਥੋਂ ਕਰ ਰਸਤਾ ਦੇਖ ਦੇਖ ਤੇ ਵੇਹਦੇ ਪਿਓ ਰਸਤਾ ਕਹਿ ਨਹੀਂ ਵਾਲਾ ਅੱਗੋਂ ਵੀ ਤਾਂ ਦਿਖਾਉਂਦਾ ਜੁਲਦਾ ਉਦੋਂ ਆ ਗਿਓ ਇਹ ਵੀ ਖੱਡਾ ਸਾਰਾ ਗੱਡੀ ਦੇ ਸਾਹਮਣੇ ਲਾਈਟਾਂ ਬਾਲ ਅਤੇ ਹੁਣ ਇਹ ਕੰਮ ਤਾਂ ਢੇਰ ਸਾਰਾ ਥੀ ਗਿਆ ਲੰਬਾ ਅਤੇ ਵੀਡੀਓ ਲੰਬੀ ਵੀ ਥੀਂਦੀ ਪਈ ਹੈ ਅਤੇ ਦੂਜਾ ਵੀਡੀਓ ਦੀ ਐਂਡ ਵੀ ਕਰਨਾ ਹੈ ਅਤੇ ਵੀਡੀਓ ਇਹੋ ਸੱਟਣੀ ਹੈ ਅਤੇ ਹੁਣ ਵੀਡੀਓ ਕਰਦੇ ਪਈ ਐਂਡ ਇੱਥੋਂ ਕਰ ਵਾਲਾ ਸ਼ੁਰੂ ਕਰ ਦੇਸੂ ਅਗਲੀ ਵੀਡੀਓ 'ਚ ਅਗਰ ਤੁਸੀਂ ਨਵੇਂ ਵੇ ਤਾਂ ਚੈਨਲ ਕੋ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੈਲ ਕੋ ਦਬਾ ਦਿਓ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਜੀ। ਖੁਸ਼ ਰਹੋ ਖੁਸ਼ ਰੱਖੋ ਅਸਲਾਮ ਅਲੈਕੁਮ।